ਮੰਚ ਤੇ ਬੈਠੇ ਸਾਡੇ ਸਾਰੇ ਕਿਸਾਨ ਆਗੂ ਸਹਬਾਨ ਸਾਹਮਣੇ ਬੈਠੇ ਸਾਡੇ ਭਰਾਵੋ ਬਜ਼ੁਰਗੋ ਪਿਆਰੇ ਬੱਚਿਓ ਸਾਡੀ ਮਾਤਰੀ ਸ਼ਕਤੀ ਸਾਡੇ ਮੀਡੀਆ ਵਾਲੇ ਭਰਾ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਜਾ ਸਿੰਘ ਸੁਤੰਤਰ ਜੀ ਦੀ ਨੂੰ ਸਰਦਾਰ ਦੇ ਫੁੱਲ ਪੇਟ ਕਰਦੇ ਹੋਏ ਅਸੀਂ ਅੱਜ ਇਸ ਪੰਚਾਇਤ ਦੇ ਵਿੱਚ ਤੁਹਾਡੇ ਦਰਸ਼ਨਾਂ ਵਾਸਤੇ ਧੰਨਵਾਦ ਦਿਆਂ ਤੁਹਾਡੇ ਜਿਨ੍ਹਾਂ ਨੇ ਮੌਕਾ ਦਿੱਤਾ ਹੈ ਤੁਹਾਡੇ ਦਰਸ਼ਨ ਕਰਨ ਦਾ ਅਸੀਂ ਅੱਜ ਪੰਜਾਬ ਦੀ ਪਵਿੱਤਰ ਧਰਤੀ ਤੇ ਜਿਹੜਾ ਹਰ ਜ਼ੁਲਮ ਨੂੰ ਜ਼ੁਲਮ ਦੇ ਸਾਹਮਣੇ ਟੱਕਰ ਲੈਣ ਦਾ ਇਤਿਹਾਸ ਰਿਹਾ ਹੈ ਨੂੰ ਮੋੜਿਆ ਉਸ ਧਰਤੀ ਤੇ ਖੜੇ ਆਪਣੇ ਆਪ ਨੂੰ ਚੰਗੇ ਭਾਗਾਂ ਵਾਲੇ ਸਮਝਦੇ ਹਾਂ ਸਾਥੀਓ ਜਿਹੜਾ ਅੱਜ ਦਾ ਅੰਦੋਲਨ ਹੈ ਇਹ ਸਾਡੀ ਜ਼ਿੰਦਗੀ ਨਾਲ ਜੁੜਿਆ ਹੋਇਆ ਹੈ ਇਹ ਸਾਡੀ ਜੀਵਿਕਾ ਹੈ ਅਸੀਂ ਸ਼ੌਕ ਚ ਅੰਦੋਲਨ ਨਹੀਂ ਲੜ ਰਹੇ ਇਹ ਸਾਡੇ ਜਿਉਂਦੇ ਰਹਿਣ ਦਾ ਅੰਦੋਲਨ ਹੈ ਇਹ ਸਾਡੇ ਰੋਜ਼ਗਾਰ ਦਾ ਅੰਦੋਲਨ ਹੈ ਹਿੰਦੁਸਤਾਨ ਦੇ ਵਿੱਚ ਸਾਰੇ ਰੋਜ਼ਗਾਰਾਂ ਤੇ ਕਾਰਪੋਰੇਟ ਕਬਜ਼ਾ ਕਰ ਰਹੇ ਤੇ ਜਿਹੜਾ ਖੇਤੀ ਦਾ ਰੋਜ਼ਗਾਰ ਹੈ ਇਸ ਨੂੰ ਤੇ ਬਹੁਤ ਲੰਬੇ ਟਾਈਮ ਤੋਂ ਦਬਾਇਆ ਜਾ ਰਿਹਾ ਕਿਉਂ ਕਿਉਂਕਿ ਅਸੀਂ ਬੋਲਦੇ ਨਹੀਂ ਕਿਉਂ ਕਿਉਂਕਿ ਅਸੀਂ ਆਪਣੇ ਜਿਹੜੇ ਹੱਕ ਨੇ ਉਹਨਾਂ ਵਾਸਤੇ ਅਸੀਂ ਨਹੀਂ ਲੜਦੇ ਅਸੀਂ ਰਾਜਨੀਤੀ ਪਾਰਟੀਆਂ ਪਿੱਛੇ ਬਿਥਰੇ ਪਜਦੇ ਸਾਥੀਓ ਇਤਿਹਾਸ ਦੱਸਦਾ ਹੈ ਪਿੱਛੇ ਬਿਥਰੇ ਪਜਦੇ ਸਾਥੀਓ ਇਤਿਹਾਸ ਦੱਸਦਾ ਹੈ ਕਿ ਇਹ ਹਿੰਦੂਸਤਾਨ ਬਣਾਉਣ ਵਾਸਤੇ ਦੇਸ ਦੀ ਆਜ਼ਾਦੀ ਵਾਸਤੇ ਸਾਨੂੰ ਦੱਸਿਆ ਗਿਆ ਕਿ ਅੰਗਰੇਜ਼ ਸਾਡੇ ਦੇਸ਼ ਨੂੰ ਬੜਾ ਲੁੱਟਰੇ ਨੇ ਤੁਹਾਡੀ ਕੁਰਬਾਨੀਆਂ ਦੀ ਲੋੜ ਹੈ ਤੁਸੀਂ ਕੁਰਬਾਨੀਆਂ ਦਿੱਤੀਆਂ ਸਭ ਤੋਂ ਜ਼ਿਆਦਾ ਸਿਰ ਪੰਜਾਬੀਆਂ ਦੇ ਲੱਗੇ ਨੇ ਦੇਸ਼ ਨੂੰ ਆਜ਼ਾਦ ਕਰਾਉਣੇ ਸਭ ਤੋਂ ਜ਼ਿਆਦਾ ਜਿਹੜਾ ਪੰਜਾਬੀਆਂ ਨੇ ਕੱਟਿਆ ਨੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਹਰਿਆਣਾ ਪੰਜਾਬ ਇਕੱਠਾ ਹੀ ਸੀ ਉਦੋਂ ਸਾਥੀਓ ਕਿਸਾਨ ਵਰਗ ਤੇ ਮਜ਼ਦੂਰ ਵਰਗ ਇਹ ਵਰਗ ਅੱਗੇ ਰਿਹਾ ਦੇਸ ਨੂੰ ਆਜ਼ਾਦ ਕਰਾਉਣ ਦੇ ਵਿੱਚ ਤੇ ਦੇਸ ਨੂੰ ਆਜ਼ਾਦ ਰੱਖਣ ਦੇ ਵਿੱਚ ਅੱਜ ਵੀ ਤੁਸੀਂ ਦੇਖ ਰਹੇ ਹੋ ਹਰ ਸਾਲ ਸਾਡੇ ਸੈਂਕੜੇ ਬੱਚਿਆਂ ਦੀਆਂ ਲਕਸ਼ਾ ਤਿਰੰਗਾ ਚ ਲਿਪਟ ਕੇ ਹੁੰਦੀਆਂ ਨੇ ਸੀਮਾ ਤੋਂ ਕਿਸੇ ਇੱਕ ਵੀ ਪੂੰਜੀਪਤੀ ਦਾ ਬੇਟਾ ਦੇਸ ਨੂੰ ਆਜ਼ਾਦ ਕਰਾਉਣ ਦੀ ਲੜਾਈ ਦੇ ਵਿੱਚ ਦੇਸ ਨੂੰ ਆਜ਼ਾਦ ਰੱਖਣ ਦੀ ਲੜਾਈ ਦੇ ਵਿੱਚ ਸਹੀਦ ਹੋਇਆ ਹੋਵੇ ਤਾਂ ਦੱਸੋ ਪਰ ਅੱਜ ਦੇਸ ਤੇ ਤਿੰਨ ਚੀਜ਼ਾਂ ਦੇ ਕਾਰਪੋਰੇਟ ਦਾ ਕਬਜ਼ਾ ਹੋ ਗਿਆ ਦੇਸ ਦਾ ਪੂਰਾ ਪੈਸਾ ਕਾਰਪੋਰੇਟ ਕੋਲ ਬਾਕੀ ਦੇਸ ਗੰਗਾਲ ਦੇਸ ਦੀ ਪੂਰੀ ਸੱਤਾ ਅੱਜ ਅੱਧੇ ਰਾਜ ਸਭਾ ਦੇ ਮੈਂਬਰ ਕੰਪਨੀਆ ਦੇ ਮਾਲਕ ਤੇ ਅੱਜ ਉਹ ਲੋਕ ਤੇ ਅੱਜ ਉਹ ਲੋਕ ਜਿਹੜੇ ਕੰਪਨੀਆ ਦੇ ਮਾਲਕ ਨੇ ਵਿਜੇ ਮਾਲਿਆ ਅਸ ਸੁਭਾਸ਼ ਚੰਦਰ 35000 ਕਰੋੜ ਮਾਰ ਕੇ ਪੱਜ ਗਿਆ ਰਾਜ ਸਭਾ ਦੇ ਮੈਂਬਰ ਸਾਡੇ ਦੇਸ ਦੇ ਮਾਲਕ ਸਾਡੇ ਦੇਸ਼ ਨੂੰ ਲੁੱਟ ਕੇ ਬਾਹਰ ਜਮਾ ਕਰਾ ਰਹੇ ਨੇ ਜਿਹਨੂੰ ਆਪਾਂ ਕਾਲਾ ਧਨ ਕਹਿੰਦੇ ਆ ਸਾਡੇ ਦੇਸ਼ ਦੇ ਮਾਲਕ ਪੂਰੇ ਪੈਸੇ ਦੇ ਕਬਜ਼ਾ ਉਹਨਾਂ ਦਾ ਪੂਰੀ ਸੱਤਾ ਦੇ ਕਬਜ਼ਾ ਕਾਰਪੋਰੇਟ ਦਾ ਤੇ ਜਿਹੜਾ ਸਾਡਾ মিডিਆ ਹੈ ਉਹ ਸਾਡਾ মিডিਆ ਵੀ ਉਹਨਾਂ ਨੇ ਆਪਣੇ ਚੈਨਲ ਖਰੀਦ ਕੇ ਆਪਣੇ ਚੈਨਲ ਬਣਾ ਲਏ ਅੱਜ 34 35 ਚੈਨਲ ਨੇ ਅੰਬਾਨੀ ਦੇ ਅੱਜ 50 ਚੈਨਲ ਦੇ ਕਰੀਬ ਨੇ ਅਡਾਨੀ ਦੇ ਅੱਜ 100 ਚੈਨਲ ਤੋਂ ਜ਼ਿਆਦਾ ਦੇ ਸੁਭਾਸ਼ ਚੰਦਰਾ ਦੇ ਤੁਹਾਡੀ ਗੱਲ ਕਿਹੜਾ ਕਰੇਗਾ ਤੇ ਦੁੱਖ ਦੀ ਗੱਲ ਇਹ ਹੈ ਕਿ ਅਸੀਂ ਹੋਈ ਆਪਣੀ ਗੱਲ ਨਹੀਂ ਕਰਦੇ ਅਸੀਂ ਵੀ ਰਾਜਨੀਤੀ ਪਾਰਟੀ ਦੀ ਜ਼ਿਆਦਾ ਗੱਲ ਕਰਦੇ ਅਸੀਂ ਵੀ ਅੱਜ ਜਿਹੜੇ ਭਾਜਪਾ ਦੇ ਵਿੱਚ ਕਿਸਾਨ ਲੋਕ ਬੈਠੇ ਨੇ ਅੱਜ ਜਿਹੜਾ ਸੱਤਾ ਪਾਰਟੀ ਦੇ ਵਿੱਚ ਕਿਸਾਨ ਲੋਕ ਬੈਠੇ ਨੇ ਕੀ ਉਹਨਾਂ ਦਾ ਧਰਮ ਨਹੀਂ ਬਣਦਾ ਕਿ ਜਾਂ ਤਾਂ ਉਹ ਆਪਣੀ ਪਾਰਟੀ ਤੋਂ ਸਾਡੀ ਗੱਲ ਮੰਨਵਾ ਦੇਣ ਜਾਂ ਉਸ ਪਾਰਟੀ ਨੂੰ ਛੱਡ ਕੇ ਆ ਜਾਣ ਧਰਮ ਬਣਦਾ ਉਹਨਾਂ ਦਾ ਪਰ ਕਿਉਂਕਿ ਸੱਤਾ ਨਾਲ ਚਿਪਕੇ ਹੋਏ ਨੇ ਅਸੀਂ ਹਰਿਆਣਾ ਦੇ ਵਿੱਚ ਸਾਰੇ ਐਮਐਲਏ ਨੂੰ ਬੇਨਤੀ ਕੀਤੀ ਭਾਈ ਤੁਸੀਂ 70 ਸਾਲ ਤੋਂ ਸਾਡੇ ਤੋਂ ਵੋਟ ਲੈ ਰਹੇ ਹੋ ਅਸੀਂ ਪਹਿਲੀ ਵਾਰ ਤੁਹਾਡੇ ਤੋਂ ਵੋਟ ਮੰਗ ਰਹੇ ਹਾਂ ਇੱਕ ਵਾਰੀ ਵੋਟ ਮੰਗ ਰਹੇ ਹਾਂ ਦੇਸ਼ ਦੇ ਹੱਕ 'ਚ ਮੰਗ ਰਹੇ ਹਾਂ ਜਨਤਾ ਦੇ ਹੱਕ 'ਚ ਮੰਗ ਰਹੇ ਹਾਂ ਤੁਸੀਂ ਇੱਕ ਵਾਰੀ ਵੋਟ ਦੇ ਦਿਓ ਇਹ ਵਿਸਵਾਸ ਇਹ ਵਿਸਵਾਸ ਪ੍ਰਸਤਾਵ ਦੇ ਪੱਖ ਚ ਵੋਟ ਦੇ ਦਿਓ ਸਰਕਾਰ ਗਿਰੇਗੀ ਸਰਕਾਰ ਗਿਰੇਗੀ ਤਾਂ ਸੱਡੀ ਗੱਲ ਮੰਨੀ ਜਾਏਗੀ ਦੇਸ਼ ਦੀ ਗੱਲ ਮੰਨੀ ਜਾਏਗੀ ਇੱਕ ਬੀਜੇਪੀ ਵਾਲੇ ਨੇ ਵੀ ਇੱਕ ਜੇਜੇਪੀ ਵਾਲੇ ਨੇ ਜਿਹੜਾ ਹੈ ਉਸ ਇਹ ਵਿਸਵਾਸ ਦੇ ਪੱਖ ਦੇ ਵਿੱਚ ਵੋਟ ਨਹੀਂ ਦਿੱਤੀ ਕਿਉਂ ਕਿਉਂਕਿ ਉਹ ਦੇਸ਼ ਦੇ ਹੈ ਹੀ ਨਹੀਂ ਕਿਉਂਕਿ ਉਹ ਜਨਤਾ ਦੇ ਹੈ ਹੀ ਨਹੀਂ ਕਿਉਂ ਸਾਡਾ ਲੋਕਤੰਤਰ ਵੀ ਕੋ ਨਹੀਂ ਬਚਿਆ ਅੱਜ ਕੱਲ ਇੱਕ ਸੈਮੀਨਾਰ ਸੀ ਉਹਦੇ ਵਿੱਚ ਸਵਾਲ ਸੀ ਕਿ ਕੀ ਅੱਜ ਲੋਕਤੰਤਰ ਹੈ ਬਹੁਤ ਚੰਗਾ ਸੈਮੀਨਾਰ ਸੀ ਕੀ ਅੱਜ ਲੋਕਤੰਤਰ ਹੈ ਤੇ ਅਸਲੀਅਤ ਗੱਲ ਇਹ ਹੈ ਕਿ ਵਾਕਈ ਲੋਕਤੰਤਰ ਨਹੀਂ ਹੈ ਉਹਨਾਂ ਐਮਐਲਏ ਦਾ ਜਵਾਬ ਉਹਨਾਂ ਐਮਐਲਏ ਦਾ ਜਵਾਬ ਸੀ ਕਿ ਸਾਨੂੰ ਜਨਤਾ ਨੇ ਐਮਐਲਏ ਨਹੀਂ ਬਣਾਇਆ ਤੁਸੀਂ ਸਾਨੂੰ ਐਮਐਲਏ ਨਹੀਂ ਬਣਾਇਆ ਤੁਸੀਂ ਸਾਨੂੰ ਤਾਂ ਵੋਟ ਦਿੱਤੀ ਹੈ ਜੇ ਭਾਜਪਾ ਨੇ ਸਾਨੂੰ ਟਿਕਟ ਦਿੱਤਾ ਹੈ ਤੁਸੀਂ ਸਾਨੂੰ ਤਾਂ ਵੋਟ ਦਿੱਤੀ ਹੈ ਜੇ ਜੀ ਜੀ ਪੀ ਨੇ ਸਾਨੂੰ ਟਿਕਟ ਦਿੱਤਾ ਹੈ ਉਹ ਜਨਤਾ ਦੇ ਐਮ ਐਲ اے ਨਹੀਂ ਉਹ ਭਾਜਪਾ ਦੇ ਐਮ ਐਲ اے ਨੇ ਉਹ ਜੀ ਜੀ ਪੀ ਦੇ ਐਮ ਐਲ اے ਨੇ ਜਿਵੇਂ ਜਿਵੇਂ ਸਾਨੂੰ ਸਾਡਾ ਬਾਸ ਕਹੇਗਾ ਅਸੀਂ ਉਵੇਂ ਚੱਲਾਂਗੇ ਜਿਵੇਂ ਜਨਤਾ ਕਹੇਗੀ ਉਵੇਂ ਨਹੀਂ ਚੱਲਾਂਗੇ ਉਹਨਾਂ ਦਾ ਜਵਾਬ ਸੀ ਕੀ ਇਹ ਲੋਕਤੰਤਰ ਬਚਿਆ ਹੈ ਨਹੀਂ ਬਚਿਆ ਕਿਉਂ ਇਹ ਗਿਰੋ ਹੋ ਗਏ ਨੇ ਇਹ ਗੈਂਗ ਹੋ ਗਏ ਨੇ ਇੱਕ ਬੀਜੇਪੀ ਗੈਂਗ ਹੋਗੀ ਇੱਕ ਕਾਂਗਰਸ ਗੈਂਗ ਹੋਗੀ ਇੱਕ ਕੋਈ ਹੋਰ ਗੈਂਗ ਹੋਗੀ ਇਲਾਕੇ ਦੀਆਂ ਗੈਂਗਾ ਵੱਖਰੀਆਂ ਨੇ ਸੈਂਟਰ ਦੀਆਂ ਗੈਂਗਾ ਵੱਖਰੀਆਂ ਨੇ ਰਾਜ ਹੋ ਗਿਆ ਗੈਂਗਾ ਦਾ ਲੋਕਤੰਤਰ ਨਹੀਂ ਬਚਿਆ ਤੇ ਅਸੀਂ ਉਹਨਾਂ ਦੇ ਹਮਾਇਤੀ ਹੋਗੇ ਸਰ ਛੋਟੂ RAM ਨੇ ਕਿਹਾ ਕਿ ਬੋਲਣਾ ਸਿੱਖ ਲਿਓ ਤਾਂ ਦੁਸ਼ਮਣ ਪਛਾਣ ਲਿਓ ਅਸੀਂ ਸਾਡੀ ਸਮਝ ਅੱਜ ਤੱਕ ਦੁਸ਼ਮਣ ਹੀ ਨਹੀਂ ਆਇਆ ਕਿਹੜਾ ਹੈ ਸਾਡੇ ਦੁਸ਼ਮਣ ਨੇ ਸਾਡੇ ਨੀਤੀਕਾਰ ਅਜੀ ਸਮਝਦਾ ਜਿਹੜੇ ਪੁਲਿਸ ਸਾਡੇ ਅੱਗੇ ਖੜੀ ਉਹ ਸਾਡੀ ਦੁਸ਼ਮਣ ਹੈ ਸਾਡੇ ਦੁਸ਼ਮਣ ਨੇ ਸਾਡੇ ਨੀਤੀਕਾਰ ਜਿਨ੍ਹਾਂ ਨੇ ਨੀਤੀਆਂ ਬਣਾ ਕੇ ਦੇਸ਼ ਨੂੰ ਲੁੱਟਿਆ ਨੀਤੀਆਂ ਬਣਾ ਕੇ ਸਾਨੂੰ ਲੁੱਟਿਆ ਨੀਤੀਆਂ ਬਣਾ ਕੇ ਕਾਰਪੋਰੇਟ ਨੂੰ ਸਾਨੂੰ ਲੁੱਟਣ ਦੀ ਇਜਾਜ਼ਤ ਦਿੱਤੀ ਰਿਕਾਰਡ ਦੱਸ ਰਿਹਾ ਹੈ ਕਿ ਜਦੋਂ ਦੇਸ਼ ਆਜ਼ਾਦ ਹੋਇਆ ਉਦੋਂ ਖੇ ਦੇਸ਼ ਦੀ ਖੇਤੀ ਦਾ ਦੇਸ਼ ਦੀ ਜੀਡੀਪੀ ਦੇ ਵਿੱਚ 60% ਯੋਗਦਾਨ ਸੀ ਦੇਸ਼ ਦੀ ਜੀਡੀਪੀ ਦੇ ਵਿੱਚ 60% ਹਿੱਸਾ ਖੇਤੀ ਦਾ ਸੀ ਅੱਜ ਉਹ ਹਿੱਸਾ ਘਟ ਕੇ 10% ਰਹਿ ਗਿਆ ਹੈ ਜੇ ਇਹ ਤਿੰਨ ਕਾਨੂੰਨ ਲਾਗੂ ਹੋ ਗਏ ਉਹ ਤਿੰਨ ਕਾਨੂੰਨ ਲਾਗੂ ਹੋਣ ਤੋਂ ਬਾਅਦ ਦੇਸ਼ ਦੀ ਖੇਤੀ ਦਾ ਦੇਸ਼ ਦੀ ਜੀਡੀਪੀ ਦੇ ਵਿੱਚ ਹਿੱਸਾ ਘਟ ਕੇ ਕੇਵਲ 6% ਬਚੇਗਾ ਜਾਂ ਤੁਸੀਂ ਇਹ ਕਹਿ ਸਕਦੇ ਹੋ ਦੂਜੇ ਸ਼ਬਦਾਂ ਦੇ ਵਿੱਚ ਕਿ ਜੇ ਦੇਸ਼ ਨੇ 100 ਰੁਪਏ ਕਮਾਏ ਤੇ ਉਦੋਂ ਖੇਤੀ ਕਮਾਉਂਦੀ ਸੀ 60 ਰੁਪਏ ਅੱਜ ਕਮਾਉਂਦੀ ਹੈ 10 ਰੁਪਏ ਫਿਰ ਕਮਾਏਗੀ 6 ਰੁਪਏ ਦੂਜੇ ਸ਼ਬਦਾਂ ਦੇ ਵਿੱਚ ਇਹ ਤੁਸੀਂ ਕਹਿ ਸਕਦੇ ਹੋ ਅੱਜ ਕਿੱਥੇ ਆ ਕੇ ਖਲੋਗੇ ਦੇਸ਼ ਦੇ ਵਾਰਸ ਦੇਸ਼ ਦੇ ਮਾਲਕ ਦੇਸ਼ ਨੂੰ ਉਜਾੜ ਕਰਨ ਵਾਲੇ ਦੇਸ਼ ਦੀ ਰਾਖੀ ਕਰਨ ਵਾਲੇ ਅੱਜ ਕਿੱਥੇ ਆ ਕੇ ਖਲੋਗੇ ਅੱਜ ਸਵਾਲ ਸਾਡੇ ਰੋਜ਼ਗਾਰ ਦਾ ਹੈ ਪਿਛਲੇ 20 ਸਾਲਾਂ ਦੇ ਵਿੱਚ ਸਾਡੇ 3.5 ਤੋਂ 4 ਲੱਖ ਕਿਸਾਨ ਜਿਹੜੇ ਰਿਕਾਰਡ ਦੇ ਵਿੱਚ ਆ ਗਏ ਇਸ ਤੋਂ ਦੋ ਗੁਣੇ ਬਿਨਾਂ ਰਿਕਾਰਡ ਦੇ ਨੇ ਜਿਹੜੇ ਫਾਂਸੀ ਖਾ ਗਏ ਜਿਹੜੇ ਜ਼ਹਿਰ ਖਾ ਗਏ ਕਰਜ਼ੇ ਤੋਂ ਦਬ ਕੇ 1 ਲੱਖ ਰੁਪਏ ਕਰਜ਼ਾ ਸੀ 2 ਲੱਖ ਰੁਪਏ ਕਰਜ਼ਾ ਸੀ ਬੈਂਕ ਵਾਲਿਆਂ ਨੇ ਆ ਕੇ ਪੋਸਟਰ ਲਾਤੇ ਫੋਟੋਆਂ ਲਾਤੀਆਂ ਜ਼ਮੀਨ ਲਾਮੀ ਵਾਸਤੇ ਆ ਗਏ ਇੱਜ਼ਤਦਾਰ ਕਿਸਾਨ ਸੀ ਕਹਾਵਤ ਹੈ ਸਾਡੇ ਚ ਬਚੀ ਇੱਜ਼ਤ ਗਿਆ ਕੁਛ ਨਹੀਂ ਗਈ ਇੱਜ਼ਤ ਬਚਿਆ ਕੁਛ ਨਹੀਂ ਇੱਜ਼ਤਦਾਰ ਕਿਸਾਨ ਸੀ ਫਾਂਸੀ ਖਾ ਗਿਆ ਕੋਈ ਇੱਕ ਵੀ ਪੂੰਜੀਪਤੀ ਕਰਜ਼ੇ 'ਚ ਮਰਿਆ ਜਿੰਨਾ ਤੁਹਾਡੇ ਸਾਰੇ ਦੇਸ਼ ਦੇ ਕਿਸਾਨਾਂ ਦੇ ਸਿਰ ਕਰਜ਼ਾ ਹੈ ਕਿਉਂ ਅਸੀਂ ਨਹੀਂ ਸੋਚਦੇ ਮੈਨੂੰ ਨਹੀਂ ਪਤਾ ਕਿਉਂ ਨਹੀਂ ਸੋਚਦੇ ਫਿਰ ਅਸੀਂ ਰਾਜਨੀਤਿਕ ਪਾਰਟੀਆਂ ਚ ਤਲਵੇ ਚੜਦੇ ਜਾਂ ਕੇ ਜਿੰਨਾ ਸਾਡੇ ਸਾਰੇ ਦੇਸ਼ ਦੇ ਕਿਸਾਨਾਂ ਦੇ ਕਰਜ਼ਾ ਹੈ ਖੱਲੀ ਪੰਜਾਬ ਤੇ ਨਹੀਂ ਸਾਰੇ ਦੇਸ਼ ਦੇ ਕਿਸਾਨਾਂ ਦੇ ਜਿੰਨਾ ਕਰਜ਼ਾ ਹੈ ਉਸ ਤੋਂ ਦੋ ਗੁਣਾ ਕਰਜ਼ਾ ਕਾਰਪੋਰੇਟ ਨੇ ਮਾਰ ਲਿਆ ਉਸ ਤੋਂ ਦੋ ਗੁਣਾ ਕਰਜ਼ਾ ਐਨਪੀਏ ਜੋ ਹੋ ਗਿਆ 15 ਲੱਖ ਕਰੋੜ ਜੇ ਐਗਰੋ ਇੰਡਸਟਰੀ ਦਾ ਕਰਜ਼ਾ ਵੱਖਰਾ ਕੱਢ ਦੀਏ ਤੇ ਅੱਜ 7.5 ਲੱਖ ਕਰੋੜ ਕਰਜ਼ਾ ਸਾਰੇ ਦੇਸ਼ ਦੇ ਕਿਸਾਨਾਂ ਦੇ ਜੇ ਸ਼ੂਗਰ ਮਿੱਲਾਂ ਦਾ ਕੋਲਡ ਸਟੋਰਾਂ ਦਾ ਕਰਜ਼ਾ ਵੱਖਰਾ ਕੱਢ ਦੀਏ ਇਸ ਤੋਂ ਦੋ ਗੁਣਾ ਕਰਜ਼ਾ ਕਾਰਪੋਰੇਟ ਨੇ ਮਾਰ ਲਿਆ ਕੋਈ ਇੱਕ ਨੇ ਵੀ ਫਾਂਸੀ ਖਾਈ ਹੈ ਕਿਸੇ ਇੱਕ ਨੂੰ ਵੀ ਜੇਲ੍ਹ ਹੋਈ ਹੈ ਦੋ ਤਰ੍ਹਾਂ ਦੇ ਕਾਨੂੰਨ ਕਿਉਂ ਨੇ ਸਾਡੇ ਦੇਸ਼ ਦੇ ਵਿੱਚ ਕਿਉਂਕਿ ਅਸੀਂ ਬੋਲੇ ਨਹੀਂ ਅਸੀਂ ਉਹ ਰਾਜਨੇਤਾ ਜਿਹੜੇ ਸਾਡੇ ਅਸਲੀ ਦੁਸ਼ਮਣ ਨੇ ਜਿਨ੍ਹਾਂ ਨੇ ਸਾਨੂੰ ਕਾਨੂੰਨ ਬਣਾ ਕੇ ਮਾਰਿਆ ਉਹਨਾਂ ਦਾ ਅਸੀਂ ਕਦੇ ਵਿਰੋਧ ਹੀ ਨਹੀਂ ਕੀਤਾ ਉਹ ਜਦੋਂ ਸਾਡੇ ਪਿੰਡ ਆਏ ਨੇ ਅਸੀਂ ਮਾਲਾ ਪਾਈ ਉਹਨਾਂ ਨੂੰ ਅੰਦਰ ਵੜ ਕੇ ਪੈਸੇ ਦਿੱਤੇ ਨੇ ਉਹਨਾਂ ਨੂੰ ਅਸੀਂ ਕਦੇ ਜੁੱਤੇ ਨਹੀਂ ਮਾਰੇ ਛਿੱਤਰ ਮਾਰ ਕੇ ਇਹ ਨਹੀਂ ਪੁੱਛਿਆ ਦੱਸੋ ਵਾਅਦਾ ਕਿਹੜਾ ਕਰਕੇ ਗਏ ਸੀ ਕਿਹੜੇ ਕਾਨੂੰਨ ਸਾਡੇ ਪੱਖ ਚ ਬਣਾਏ ਨੇ ਤੁਸੀਂ ਸਾਥੀਓ ਅੱਜ ਭੁੱਖ ਮਰੀ ਇਸ ਕਰਕੇ ਨਹੀਂ ਕਿ ਪੈਸਾ ਨਹੀਂ ਹੈ ਪੈਸਾ ਹੈ ਇੱਕ ਬੰਦੇ ਦੀ ਆਮਦਨ 90 ਕਰੋੜ ਇੱਕ ਘੰਟੇ ਦੀ ਇੱਕ ਦਿਨ ਦੀ ਗਿਣਿਏ ਤੇ 2160 ਕਰੋੜ ਇੱਕ ਪਰਿਵਾਰ ਦੀ 2160 ਕਰੋੜ ਦਾ ਮਤਲਬ ਹੈ ਜਿਹੜੇ ਇਲਾਕੇ 'ਚ ਤੁਸੀਂ ਬੈਠੇ ਹੋ ਇਸ ਇਲਾਕੇ 'ਚ 10000 ਏਕੜ ਜ਼ਮੀਨ ਇੱਕ ਦਿਨ ਦੀ ਕਮਾਈ 'ਚ 10000 ਏਕੜ ਜ਼ਮੀਨ ਇਹ ਤੇ 4 ਸਾਲ ਬਾਅਦ ਪੰਜਾਬ ਕੋ ਨਹੀਂ ਰਹਿਣਾ ਹਰਿਆਣਾ ਕੋ ਨਹੀਂ ਰਹਿਣਾ ਇਹ ਅੰਬਾਨੀ ਸਟੇਟ ਬਣੇਗਾ ਔਰ ਅਡਾਨੀ ਸਟੇਟ ਬਣੇਗਾ। ਵਿਕ ਰਿਹਾ ਦੇਸ਼ ਆਪਾਂ ਦੇਖ ਰਹੇ ਹਾਂ। ਕਿਹਦਾ ਦੇਸ਼ ਵਿਕ ਰਿਹਾ ਹੈ? ਅੰਬਾਨੀ ਅਡਾਨੀ ਨੇ ਦੇਸ਼ ਨੂੰ ਬਣਾਇਆ ਸੀ। ਕਿਹਦਾ ਦੇਸ਼ ਵਿਕ ਰਿਹਾ ਹੈ? ਇਹ ਸਾਡਾ ਦੇਸ਼ ਵਿਕ ਰਿਹਾ ਹੈ ਤੁਹਾਡਾ ਦੇਸ਼ ਵਿਕ ਰਿਹਾ ਨੂੰ ਬਚਾਓਗੇ ਵੀ ਤੁਸੀਂ ਹੋਈ ਨੂੰ ਬਚਾਉਣ ਵਾਸਤੇ ਹੋਰ ਕੋ ਨਹੀਂ ਜਾਣਾ ਕੋਈ। ਅੱਜ ਦੇਸ਼ ਦੀ ਹਾਲਾਤ ਜੇ ਇੱਕ ਮੰਤਰੀ ਦਾ ਪਰਿਵਾਰ 'ਚੋਂ ਕੋਈ ਬਿਮਾਰ ਹੁੰਦਾ ਹੈ ਨਾ ਅਰਬਪਤੀ ਐ ਖਰਬਪਤੀ ਐ 2 ਕਰੋੜ ਰੁਪਇਆ ਖਰਚ ਲੱਗ ਹੁੰਦਾ ਹੈ ਅਮਰੀਕਾ ਦੇ ਵਿੱਚ ਜਾ ਕੇ ਇਲਾਜ ਕਰਾਂਦਾ ਸਰਕਾਰ ਖਰਚੇਗੀ ਜੇ ਤੁਹਾਡੇ ਪਰਿਵਾਰ 'ਚੋਂ ਕੋਈ ਬਿਮਾਰ ਹੁੰਦਾ 20 ਲੱਖ ਰੁਪਇਆ ਲੱਗੇ ਤੇ ਕੋਈ ਲਾਏਗਾ ਕੋਈ ਸਰਕਾਰ ਫੁੱਟੀ ਕੁੱਡੀ ਦੇਏਗੀ ਕਿਉਂ ਕਿਉਂ ਇਹ ਕਹਿੰਦੇ ਨੇ ਸਾਡੇ ਦੇਸ਼ ਦੀ ਸਰਕਾਰ ਡਬਲਯੂਟੀਓ ਦੇ ਵਿੱਚ ਸ਼ਾਮਲ ਹੋ ਗਈ ਹੈ ਹੁਣ ਤੁਹਾਨੂੰ ਖੇਤੀ ਦਾ ਜਿਹੜਾ ਰੇਟ ਹੈ ਫਸਲ ਦਾ ਜਿਹੜਾ ਰੇਟ ਹੈ ਵਰਲਡ ਮਾਰਕੀਟ ਦੇ ਲੈਵਲ ਦਾ ਮਿਲੇਗਾ ਤਾਂ ਹੀ ਇਹ ਤਿੰਨ ਕਾਨੂੰਨ ਲਾਗੂ ਕੀਤੇ ਨੇ ਤਾਂ ਹੀ ਐਮਐਸਪੀ ਤੋਂ ਵੱਜ ਰਹੇ ਨੇ ਕਿਉਂ ਡਬਲਯੂਟੀਓ ਦੇ ਵਿੱਚ ਸ਼ਰਤ ਹੈ ਕਿ ਕਿਸੇ ਦੇਸ਼ ਦੀ ਸਰਕਾਰ ਆਪਣੇ ਦੇਸ਼ ਦੇ ਕਿਸਾਨ ਨੂੰ ਵਰਲਡ ਮਾਰਕੀਟ ਤੋਂ ਜ਼ਿਆਦਾ ਰੇਟ ਨਹੀਂ ਦੇ ਸਕਦੀ ਵਰਲਡ ਮਾਰਕੀਟ ਤੋਂ ਜ਼ਿਆਦਾ ਰੇਟ ਦੇਣਾ ਅਪਰਤੀਜਨਕ ਸਬਸਿਡੀ ਸਮਝੀ ਜਾਏਗੀ ਤਾਂ ਹੀ ਸੰਤਕ ਮਾਰਕਟਿੰਗ ਨੇ ਰਿਪੋਰਟ ਦਿੱਤੀ ਹੈ ਕਿ ਹਰਿਆਣਾ ਤੇ ਪੰਜਾਬ ਚੋਂ ਸਰਕਾਰੀ ਖਰੀਦ ਬੰਦ ਕਰਤੀ ਜਾਏ ਤਾਂ ਹੀ ਐਫਸੀ ਐਫਸੀਆਈ ਨੂੰ ਤੋੜ ਰਹੇ ਨੇ ਤੇ ਜੇ ਵਰਲਡ ਮਾਰਕੀਟ ਦੇ ਵਿੱਚ ਤੁਸੀਂ ਜਾਣਾ ਹੈ ਤੇ ਡਬਲਯੂਟੀਓ ਦੇ ਕਾਨੂੰਨ ਤੁਸੀਂ ਲਾਗੂ ਕਰਨੇ ਨੇ ਜੇ ਤੁਸੀਂ ਅਮਰੀਕਾ ਵਰਗੇ ਦੇਸ਼ਾਂ ਦਾ ਮੁਕਾਬਲਾ ਕਰਨਾ ਹੈ ਤੁਹਾਡੇ ਕੋਲ 80% ਲੋਕਾਂ ਕੋਲ 2 ਟਾਈ ਏਕੜ ਤੋਂ ਘੱਟ ਜ਼ਮੀਨ ਹੈ ਅਮਰੀਕਾ ਦੀ ਐਵਰੇਜ 10 ਕਿਲੋ 10 ਵਰਗ ਕਿਲੋਮੀਟਰ ਦੀ ਹੈ ਉਹਦੇ 5-5000 ਦੇ 20-20000 ਏਕੜ ਦੇ ਪਲਾਟ ਨੇ ਉਹਨਾਂ ਦਾ ਜੇ ਮੁਕਾਬਲਾ ਕਰਨਾ ਹੈ ਤੇ ਫਿਰ ਸਭ ਤੋਂ ਥਲੜੀ ਜਿਹੜੀ ਸੇਵਾ ਹੈ ਉਹਦੇ 'ਚ ਕਰੋ ਅਮਰੀਕਾ ਦੇ ਵਿੱਚ ਬੱਚਾ ਪੈਦਾ ਹੁੰਦਾ ਸਰਕਾਰ ਦਾ ਖਰਚਾ ਹੈ ਅਮਰੀਕਾ ਦੇ ਵਿੱਚ ਬੱਚਾ ਬਿਮਾਰ ਹੁੰਦਾ ਟੈਲੀਫੋਨ ਕਰੋਗੇ ਕੋਈ ਕਰਦਾ ਜੀ ਬਿਮਾਰ ਹੋਏ ਐਂਬੂਲੈਂਸ ਘਰ ਤੋਂ ਆ ਕੇ ਲੈ ਜਾਏਗੀ ਘਰ ਇਲਾਜ ਕਰਕੇ ਛੱਡ ਕੇ ਜਾਏਗੀ ਪੜ੍ਹਾਈ ਦਾ ਖਰਚਾ ਸਰਕਾਰ ਦਾ ਬੇਰੋਜ਼ਗਾਰ ਹੋ ਜਾ ਸਰਕਾਰ ਦਾ ਵੜਾਪਾ ਹੋ ਜਾ ਤੇ ਸਰਕਾਰ ਦਾ ਖਰਚਾ ਇਹ ਟੈਕਨਕੀ ਸੁਵਿਧਾ ਮਿਲ ਰਹੀ ਹੈ ਪਹਿਲਾਂ ਉਹ ਲਾਗੂ ਕਰੋ ਨਾ ਫਿਰ ਕੈਜਾਇਜ ਜੀ ਡਬਲਯੂਟੀਓ ਦੇ ਵਿੱਚ ਫਿਰ ਸਰਤਾ ਲਾਗੂ ਕਰਿਓ ਜਾਂ ਡਬਲਯੂਟੀ ਇਹਦੀ ਇੱਥੇ ਤੇ ਹਾਲਤ ਇਹ ਹੈ ਇੱਥੇ ਤੇ ਜਿੰਨੇ ਪੈਸੇ ਮਹੀਨੇ ਚ ਤੁਸੀਂ ਬੱਚਾ ਪੜਾਇਆ ਹੈ ਨਾ ਓਨੇ ਪੈਸੇ ਮਹੀਨੇ ਦੀ ਨੌਕਰੀ ਨਹੀਂ ਅੱਗੇ ਸਾਡਾ ਐਮਐਸਪੀ ਵੀ ਖਾ ਗੇ ਸਾਡੀ ਮਜ਼ਦੂਰੀ ਵੀ ਖਾ ਗੇ ਹਰਿਆਣਾ ਦੇ ਵਿੱਚ ਪੰਜਾਬ ਦੇ ਵਿੱਚ ਉਹਦੇ ਨੇੜੇ ਤੜੀ ਰੇਟ ਹੋਣਾ ਮਜ਼ਦੂਰੀ ਦਾ ਜਿਹੜਾ ਨ्यूनतम ਮਜ਼ਦੂਰੀ ਹੈ 9500 10000 ਦੇ ਨੇੜੇ ਤੇੜੇ ਆ। ਕਨਫਰਮ ਮੈਨੂੰ ਨਹੀਂ ਪਤਾ। ਪਰ ਜਿਹੜੇ ਫੈਕਟਰੀਆਂ ਦੇ ਵਿੱਚ ਕੰਮ ਕਰ ਰਹੇ ਨੇ ਜਾ ਕੇ ਛੋਟੀ ਕੰਪਨੀਆਂ ਦੇ ਵਿੱਚ ਕੰਮ ਕਰ ਰਹੇ ਨੇ ਜਾ ਕੇ 6000 7000 8000 ਕਿਸੇ ਨੂੰ ਮਿਲਦੇ ਨੇ ਕਰਮਾ ਵਾਲੇ ਨੂੰ। ਨ्यूनतम ਮਜ਼ਦੂਰੀ ਖਾਗੇ ਤੇ ਤੁਹਾਡਾ ਨ्यूनतम ਰੇਟ ਖਾਗੇ। ਅਸੀਂ ਸਵਾਲ ਕੀਤਾ ਸੀ ਉਹਨਾਂ 'ਚ ਸਾਨੂੰ ਅਮਿਤ ਸਾਹਿਬ ਜੀ ਤੁਸੀਂ ਬਿਆਨ ਦੇ ਰਹੇ ਹੋ ਐਮਐਸਪੀ ਹੈ ਐਮਐਸਪੀ ਰਹੇਗਾ ਤੁਸੀਂ 23 ਫਸਲਾਂ ਦਾ ਐਮਐਸਪੀ ਤੈਅ ਕਰਦੇ ਹੋ ਸਾਰੀ ਫਸਲਾਂ ਦਾ ਨਹੀਂ ਕਰਦੇ ਸੈਂਕੜੇ ਫਸਲਾਂ ਨੇ ਸਾਰੀਆਂ ਦਾ ਨਹੀਂ ਕਰਦੇ ਤੁਸੀਂ 23 ਫਸਲਾਂ ਦਾ ਐਮਐਸਪੀ ਤੈਅ ਕਰਦੇ ਹੋ ਕੀ ਤੁਸੀਂ ਗਰੰਟੀ ਦਿੰਦੇ ਹੋ ਦੇਸ ਨੂੰ ਕਿ ਤੇਈ ਬਦਲਾਂ ਤੁਸੀਂ ਐਮਐਸਪੀ ਦੇ ਖਰੀਦੋਗੇ ਉਹ ਕਹਿੰਦੇ ਨਹੀਂ ਖਰੀਦ ਸਕਦੇ ਜੇ ਨਹੀਂ ਖਰੀਦ ਸਕਦੇ ਬਰਸਾਰ ਦੇਸ ਨੂੰ ਦੱਸੋਗੇ ਅਸੀਂ ਝੂਠ ਬੋਲ ਰਹੇ ਆ ਅਸੀਂ ਇਸ ਮੰਚ ਤੋਂ ਅਨਾਉਂਸ ਕਰਦੇ ਆ ਲਿਖੇ ਮੀਡੀਆ ਦੇ ਮੋਦੀ ਬਿਆਨ ਕਿ ਹਾਂ ਅਸੀਂ ਐਮਐਸਪੀ ਦੇ ਖਰੀਦਦਾਰਾਂ ਦੀ ਗਾਰੰਟੀ ਦੇ ਰਹੇ ਹਾਂ ਆਂਕੜਾ ਨਿਕਲ ਕੇ ਸਾਹਮਣੇ ਇਹ ਆਇਆ ਹੈ ਕਿ ਸਾਡੀ 17 23 ਫਸਲਾਂ ਦੀ ਜਿਹੜੀ ਕੀਮਤ ਹੈ ਉਹ ਬਣਦੀ ਹੈ 1.7 ਲੱਖ ਕਰੋੜ ਰੁਪਈਆ ਤੇ ਸਾਡੀ ਬਿਕਰੀਆਂ ਨੇ 13 ਤੋਂ 14 13 ਤੋਂ 13.5 ਲੱਖ ਕਰੋੜ ਰੁਪਈਆ ਹਰ ਸਾਲ 3 ਤੋਂ 4 ਲੱਖ ਕਰੋੜ ਰੁਪਈਏ ਦਾ ਕਾਟਾ ਪੈ ਰਿਹਾ ਹਿੰਦੁਸਤਾਨ ਦੇ ਕਿਸਾਨ ਨੂੰ ਯਾਨੀ ਜਿੰਨਾ 2 ਸਾਲਾਂ ਦੇ ਵਿੱਚ ਐਮਐਸਪੀ ਤੋਂ ਘੱਟ ਮਿਲਿਆ ਹੈ ਜੇ ਉਹ ਪੈਸਾ ਮਿਲ ਜਾਈ 1 ਰੁਪਿਆ ਕਰਜ਼ਾ ਸਾਡੇ ਤੇ ਨਹੀਂ ਬਚਦਾ ਅਸੀਂ ਤੇ ਘੱਟ ਤੋਂ ਘੱਟ ਮੰਗ ਰਹੇ ਹਾਂ ਇਹ ਘੱਟ ਤੋਂ ਘੱਟ ਜਿਹੜਾ ਹੈ ਉਹ ਰੇਟ ਹੈ ਇਹ ਸੁਆਮੀਨਾਥਨ ਦੇ ਅਯੋਗ ਦੇ ਮੁਤਾਬਕ ਨਹੀਂ ਹੈ ਇਹ ਲਗਤ ਦੇ ਹਿਸਾਬ ਨਾਲ ਨਹੀਂ ਹੈ ਹਰਿਆਣੇ ਦੀ ਰਿਪੋਰਟ ਹੈ ਪੰਜਾਬ ਦੀ ਰਿਪੋਰਟ ਹੈ ਐਗਰੀਕਲਚਰ ਡਿਪਾਰਟਮੈਂਟ ਦੀ ਰਿਪੋਰਟ ਹੈ ਮੇਰੀ ਨਹੀਂ ਹੈ ਅੱਜ ਦਾ ਖਰਚਾ 2300 ਦੇ ਕਰੀਬ ਹੈ ਕਣਕ ਦਾ लागत ਦੇ حساب ਨਾਲ ਰੇਟ ਨਹੀਂ ਹੈ ਐਗਰੀਕਲਚਰ ਡਿਪਾਰਟਮੈਂਟ ਦੀ ਰਿਪੋਰਟ ਸਾਡੀ ਆਪਣੀ ਨਹੀਂ ਹੈ ਫਿਰ ਸਰਕਾਰ ਕਹਿੰਦੀ ਹੈ ਕਾਨੂੰਨਾ ਚਕਾਲਾ ਕੀ ਹੈ ਅਸੀਂ ਇਹਨਾਂ ਨੂੰ ਕਿਤਾਬ ਲਿਖ ਕੇ ਦਿੱਤੀ ਹੈ ਸਾਡੇ ਇੱਕ ਵਕੀਲ ਨੇ ਯੋਗਿੰਦਰ ਸਿੰਘ ਤੂਰ ਹੈ ਉਹਦੇ ਚ ਪੂਰੇ ਅੰਕੜੇ ਵੀ ਦਿੱਤੇ ਨੇ 2013 ਤੱਕ ਦੇ ਦਿੱਤੇ ਨੇ ਹਰਿਆਣਾ ਸਰਕਾਰ ਦੀ ਲਾਗਤ ਕੀ ਹੈ ਹਰਿਆਣਾ ਸਰਕਾਰ ਦੀ ਐਗਰੀਕਲਚਰ ਡਿਪਾਰਟਮੈਂਟ ਦੀ ਲਾਗਤ ਕੀ ਹੈ ਕਿਹੜੀ ਫਸਲ ਤੇ ਕਿੰਨੀ ਲੱਗਦਾ ਕਿਹੜੀ ਫਸਲ ਦਾ ਕੀ ਰੇਟ ਹੈ ਸਾਰੀਆਂ ਦਾ ਚਾਰਟ ਬਣਾ ਕੇ ਦਿੱਤਾ ਹੈ ਹਰ ਫਸਲ ਦਾ ਰੇਟ ਲਗਤ ਤੋਂ ਘਟੇ 17 18 ਦੇ ਵਿੱਚ ਇੱਕ ਰਿਪੋਰਟ ਆਈ ਹੈ ਉਸ ਰਿਪੋਰਟ ਦੇ ਵਿੱਚ ਕਿਹਾ ਹੈ ਕਿ ਪਿਛਲੇ 15 ਸਾਲਾਂ ਦੇ ਵਿੱਚ ਹਿੰਦੂਸਤਾਨ ਦੇ ਕਿਸਾਨ ਨੂੰ 45 ਲੱਖ ਕਰੋੜ ਰੁਪਇਆ ਐਮ ਐਸ ਪੀ ਤੋਂ ਘਟ ਮਿਲਿਆ ညੋਂ ਤੋਂ ਘਟ ਮਿਲਿਆ ਇਹ ਹਾਲਤ ਹੈ ਤੁਹਾਡੀ ਇੱਕ ਬੰਦੇ ਦੀ ਆਮਦਨ 90 ਕਰੋੜ ਇੱਕ ਘੰਟੇ ਦੀ ਜੂੰਦਾ ਰਣੇ ਕਾਬਲ ਨਹੀਂ ਹੈ ਸਾਥੀਓ ਲੜਨ ਤੋਂ ਇਲਾਵਾ ਕੋਈ ਚਾਰਾ ਸਾਡੇ ਕੋਲ ਨਹੀਂ ਬਚਿਆ ਲੜਨਾ ਸਾਡੀ ਮਜਬੂਰੀ ਹੈ ਲੜਨਾ ਸਾਡੀ ਮਜਬੂਰੀ ਹੈ ਤੇ ਜਦੋਂ ਅਸੀਂ ਲੜਦੇ ਆ ਸਰਕਾਰ ਕਹਿੰਦੀ ਹੈ ਕਰੋਨਾ ਆ ਗਿਆ ਤੇ ਜਿੱਥੇ ਇਲੈਕਸ਼ਨ ਹੈ ਉੱਥੋਂ ਕਰੋਨਾ ਭੱਜ ਜਾਂਦਾ ਹੈ ਮੈਂ ਹੁਣੇ ਆ ਰਿਹਾ ਸੀ ਮੈਨੂੰ ਪਤਾ ਲੱਗਿਆ ਇੱਕ ਸਾਡਾ ਪੱਤਰਕਾਰ ਹੈ ਡੇਲੀ ਪੋਸਟ ਦਾ ਜੇ ਇੱਥੇ ਹੋਏ ਤੇ ਮੈਂ ਕਾਂਗਰਸ ਸਟੇਟ ਤੇ ਆ ਜੇ ਬੜਾ ਹੀ ਮਿਹਰਬਾਨੀ ਕਰ ਰਹੇ ਤੇ ਮੈਂ ਪਿੱਛੇ ਇੱਕ ਪੰਚਾਇਤ ਦੇ ਵਿੱਚ ਇੱਥੇ ਆ ਰਿਹਾ ਸੀ ਉਹਨੇ ਮੇਰਾ ਬਿਆਨ ਲਿਆ ਬਈ ਸਰਕਾਰ ਨੇ ਕਰੋਨਾ ਦੇ ਨਾਂ ਤੇ ਬੈਨ ਕਰਤਾ ਰੈਲੀ ਬੈਨ ਕਰਦੀ ਬਟਾਲੇ ਵਾਲੀ ਆ ਤੁਹਾਡੀ ਵੀ ਬੈਨ ਹੈ ਹੁਣੇ ਪੱਤਰਕਾਰ ਪੁੱਛ ਰਿਹਾ ਜੀ ਸਰਕਾਰ ਨੇ ਕਹੇ ਸੀ ਮੁਕਦਮੇ ਦਰਜ ਕਰਾਂਗੇ ਅਸੀਂ ਕਹਿ ਕਰ ਦਿਓ ਜਿੰਨੇ ਵੀ ਕਰਦੇ ਹੋ ਉਸ ਪੱਤਰਕਾਰ ਨੇ ਮੇਰਾ ਬਿਆਨ ਲੈ ਲਿਆ ਕਿ ਕਰੋਨਾ ਸਰਕਾਰ ਨੇ ਰੈਲੀ ਬੈਨ ਕਰਤੀ ਹੈ ਹੁਣ ਤੁਸੀਂ ਕੀ ਕਰੋਗੇ ਮੈਂ ਬਿਆਨ ਦਿੱਤਾ ਕਰੋਨਾ ਨਾਂ ਦੀ ਕੋਈ ਬਿਮਾਰੀ ਦੁਨੀਆ 'ਚ ਪੈਦਾ ਹੀ ਨਹੀਂ ਹੋਈ ਕਰੋਨਾ ਬੀਜੇਪੀ ਦਾ ਏਜੰਟ ਹੈ ਜਿੱਥੇ ਇਲੈਕਸ਼ਨ ਹੁੰਦਾ ਜਿੱਥੇ ਬੀਜੇਪੀ ਦੀ ਰੈਲੀ ਹੋਗੀ ਆ ਉੱਥੇ ਕਰੋਨਾ ਨਿਕਲ ਜਾਂਦਾ ਉੱਥੋਂ ਜਿੱਥੇ ਕਿਸਾਨਾਂ ਦਾ ਅੰਦੋਲਨ ਹੁੰਦਾ ਉੱਥੇ ਕਰੋਨਾ ਆ ਜਾਂਦਾ ਹੈ ਏ ਬੀਜਪੀ ਦਾ 에ਜੈਂਟ ਕਰੋਨਾ ਤੇ ਮੇਰੇ ਕਹਿਣ ਦੇ ਕੇ ਕਰੋਨਾ ਹੈ ਹੀ ਨਹੀਂ ਉਸ ਪੱਤਰਕਾਰ ਤੇ ਮਕਦਮਾ ਦਰਜ ਕਰਤਾ ਮੈਂ ਕਹਿੰਦਾ ਉਸ ਪੱਤਰਕਾਰ ਤੇ ਮਕਦਮਾ ਦਰਜ ਕਿਉਂ ਕੀਤਾ ਇਹ ਬਿਆਨ ਤੇ ਮੈਂ ਦਿੱਤਾ ਹੈ ਮੇਰੇ ਤੇ ਮਕਦਮਾ ਦਰਜ ਕਰੋ ਕਿੰਨੇ ਕਰਨੇ ਨੇ 35 40 ਕੁਤੇ ਪਹਿਲਾਂ ਕੀਤੇ ਹੋਏ ਨੇ 307 ਦੇ ਕੀਤੇ ਨੇ ਸਾਰੇ ਹੋਰ ਕਰੋ ਜਿੰਨੇ ਕਰਦੇ ਨੇ ਮੈਂ ਦਿੱਤਾ ਬਿਆਨ ਕਿ ਕਰੋਨਾ ਨਹੀਂ ਹੈ ਇਸ ਤਰ੍ਹਾਂ ਦੀ ਪ੍ਰਤਾਰਨਾ हरियाणा ਦੇ ਵਿੱਚ ਅਜੇ ਪੰਜਾਬ ਵਿੱਚ ਤੇ ਫਿਰ ਵੀ ਠੀਕ ਹੀ ਸੋਦਾ ਹਰਿਆਣਾ ਦੇ ਵਿੱਚ ਇੱਕ ਨੇ ਗਾਣਾ ਲਿਖਿਆ ਉਸ ਤੇ ਮੁਕਦਮਾ ਦਰਜ ਕਰਤਾ ਚਾਰ ਕਰਮਚਾਰੀ ਕੱਲ ਮਿਲੇ ਕਿ ਉਹਨਾਂ ਨੇ ਕੋਈ ਬਿਆਨ ਦਿੱਤਾ ਹੋਣਾ ਮਾੜਾ ਮੋਟਾ ਚਾਰੇ ਡਿਸਮਿਸ ਕਰਕੇ ਘਰ ਬਿਠਾ ਦਿੱਤੇ ਇੱਕ ਪੱਤਰਕਾਰ ਨੇ ਦੋ ਪੱਤਰਕਾਰਾਂ ਨੇ ਇੱਕ ਦੇ ਚਾਰ ਪੰਜ ਦਿਨ ਪਹਿਲਾਂ ਮੁਕਦਮਾ ਦਰਜ ਕੀਤਾ ਹਰਿਆਣਾ ਵਿੱਚ ਇੱਕ ਤੇ ਦਿੱਲੀ ਵਿੱਚ ਮੁਕਦਮਾ ਦਰਜ ਕੀਤਾ ਕੋਈ ਬੋਲਦਾ ਐਨਆਈਏ ਦੇ ਨੋਟਿਸ ਆ ਗਏ ਆ ਤੁਹਾਡੇ ਪੰਜਾਬ ਵਾਲਿਆਂ ਨੇ ਸਾਡੀ ਜਿਹੜੇ ਸ਼ਹੀਦ ਹੋਏ ਉਹਨਾਂ ਦੀ ਸੇਵਾ ਕਰਤੀ 50 50000 ਰੁਪਏ ਉਹਨਾਂ ਤੇ ਐਨਆਈਟੀ ਦਾ ਰੋਟੀ ਸਾਗ ਬਸ ਸਭ ਇਤਿਆ ਛਾਪਾ ਪੈ ਗਿਆ ਇੱਕ ਹੋਟਲ ਵਾਲੇ ਨੇ ਲੰਗਰ ਲਾ ਦਿੱਤਾ ਛਾਪਾ ਪੈ ਗਿਆ ਆਰਤੀ ਬੋਲੇ ਇਨਕਮ ਟੈਕਸ ਦੀ ਰੇਟ ਪੈਗੀ ਇਹ ਕਰੂਰਤਾ ਹੈ ਉਹਨਾਂ ਲੋਕਾਂ ਦੀ ਜਿਹੜਾ ਨੂੰ ਆਪਾਂ ਨੇ ਵੋਟਾਂ ਪਾ ਕੇ ਚੁਣ ਕੇ ਭੇਜਿਆ ਹੈ ਇਹ ਕਰੂਰਤਾ ਹੈ ਸਾਡੇ ਨੀਤੀਕਾਰਾਂ ਦੀ ਉਹ ਦੇਸ਼ ਦੇ ਮਾਲਕ ਨਹੀਂ ਹੈ ਅਸੀਂ ਉਹਨਾਂ ਨੂੰ ਪਾਵਰ ਦਿੱਤੀ ਅਸੀਂ ਉਹਨਾਂ ਨੂੰ ਤਾਕਤ ਤਾਕਤ ਦਿੱਤੀ ਉਹ ਤਾਂ ਸਾਡੇ ਤੇ ਕਰੂਰਤਾ ਵਰਤ ਰਹੇ ਨੇ ਸਾਥੀਓ ਇਹਦਾ ਬਿਨਾ ਅੰਦੋਲਨ ਤੋਂ ਬਿਨਾ ਲੜਨ ਤੋਂ ਸਾਡੇ ਕੋਲ ਕੋਈ ਚਾਰਾ ਨਹੀਂ ਹੈ ਜੇ ਲੜਦੇ ਆ ਤੇ ਇਹਨਾਂ ਨੇ ਬਹਿਨ ਕਰਤਾ ਕਹਿੰਦਾ ਜੀ ਦਿੱਲੀ ਨਹੀਂ ਜਾਂਦੇ ਆਂਗੇ ਦਿੱਲੀ ਨਹੀਂ ਜਾਣਦੇ ਆਂਗੇ ਅਸੀਂ ਹਰਿਆਣਾ ਦੀ ਬੈਰੀਕੇਡ ਲਾਵਾਂਗੇ ਬੈਰੀਕੇਡ ਲਾਤ ਤੇ ਪੰਜਾਬ ਵਾਲੇ ਰੋਕ ਤੇ ਅਸੀਂ ਚਾਹ ਕੋਈ ਨਹੀਂ ਪੰਜਾਬ ਸਾਡਾ ਵੱਡਾ ਪਰਾਇਆ ਕੋਈ ਨਹੀਂ ਡੰਡੇ ਡੁੰਡੇ ਅਸੀਂ ਖਾਵਾਂਗੇ ਅੰਬਾਲਾ ਤੋਂ ਲੈ ਕੇ ਦਿੱਲੀ ਤੱਕ ਦੇ ਸਾਰੇ ਬੈਰੀਕੇਡ ਤੋੜੇ ਮਕਦਮੇ ਜ਼ਰੂਰ ਦਰਜ ਹੋਏ ਹਰ ਜਗ੍ਹਾ ਦਰਜ ਹੋਏ ਦੱਸਿਆ ਤੁਹਾਨੂੰ 35 40 ਮਕਦਮੇ 307 ਦੇ ਸੰਧੋਰਨ ਦੇ ਵਿੱਚ ਦਰਜ ਕਰਤੇ ਨੇ ਸਾਰੇ ਬੈਰੀਕੇਡ ਤੋੜੇ जो दिल्ली गए फिर कहें बराड़ी वाले ग्राउंड चो सोनीपत पहुंचा तो उल करा दी कृषि मंत्री संतरी असी क्या हूँ इस तरह गल करिए ग्राउंड दिता बराड़ी वाले ग्राउंड चाजो असी क्या हूँ सड़क पर ही बैठा गे बैठे ने साढ़े चार महीने हो गए बड़े दो पेश सरकार ने खेले गुमराह करना चाहे इन्ह कानूना चाला की है ਅਸੀਂ ਸਰਕਾਰ ਨੂੰ ਕਿਤਾਬਾਂ ਭੇਜ ਦਿੱਤੀਆਂ ਨਾਲੇ ਸਰਕਾਰ ਤੋਂ ਮੰਗ ਕੀਤੀ ਵੀ ਅਸੀਂ ਤੇ ਦੱਸ ਤਾਂ ਇਹਨਾਂ ਕਾਨੂੰਨਾਂ ਵਿੱਚ ਕਾਲਾ ਕੀ ਏ ਹੁਣ ਤੁਸੀਂ ਕਿਤਾਬ ਲਿਖ ਕੇ ਤੁਸੀਂ ਖੁੱਲ ਕੇ ਦੱਸੋ ਦੇਸ਼ ਦੀ ਜਨਤਾ ਨੂੰ ਵੀ ਇਹਨਾਂ ਕਾਨੂੰਨਾਂ ਨਾਲ ਦੇਸ਼ ਦੇ ਕਿਸਾਨ ਦਾ ਫਾਇਦਾ ਕਿਵੇਂ ਹੋਏਗਾ ਕੋਈ ਜਵਾਬ ਨਹੀਂ 11 ਮੀਟਿੰਗਾਂ ਦੇ ਵਿੱਚੋਂ ਸਾਨੂੰ ਨਹੀਂ ਦੱਸ ਸਕੇ ਵੀ ਇਹ ਕਾਨੂੰਨ ਕਿਸਾਨ ਦੇ ਫਾਇਦੇ ਚ ਕੀ ਨੇ ਐਮਐਸਪੀ ਨੇ ਜਿੱਦਣ ਅਸੀਂ ਗੱਲ ਕੀਤੀ ਵੀ ਐਮਐਸਪੀ ਇਹੀ ਬਦਲਾ ਤੁਸੀਂ ਜਿਹੜੀ ਆ ਤੇ ਐਮਐਸਪੀ ਦੇਂਦੋ ਘੱਟ ਤੋਂ ਘੱਟ ਉਹ ਤੇ ਖਰੀਦੋ ਸਾਡੇ ਮੱਕੇ ਦਾ ਰੇਟ 1850 ਰੁਪਏ ਵਿਕਿਆ ਸਾਡਾ 1000 ਰੁਪਏ ਖਰੀਦੋ ਸਾਡਾ ਤੇ ਜਿੱਦਨ ਦੀ ਐਮਐਸਪੀ ਦੀ ਗੱਲ ਸ਼ੁਰੂ ਕੀਤੀ ਸਰਕਾਰ ਨੇ ਗੱਲਬਾਤ ਹੀ ਬੰਦ ਕਰਤੀ ਕਿਉਂ 4 ਲੱਖ ਕਰੋੜ ਹੋਰ ਦੇਣੇ ਪੈਂਦੇ ਨੇ ਸਰਕਾਰ ਨੇ ਗੱਲਬਾਤ ਹੀ ਬੰਦ ਕਰਤੀ ਤੇ ਸਾਥੀਓ ਇਹਨਾਂ ਦੇ ਸਾਰੇ ਜ਼ੁਲਮ ਚੱਲਨੇ ਪੈਣਗੇ ਤੇ ਉਹ ਜ਼ੁਲਮ ਚੱਲਦੇ ਹੋਏ ਆਪਾਂ ਨੇ ਅੰਦੋਲਨ ਲੜਨਾ ਹੈ ਤੁਸੀਂ ਵੀ ਬੜੇ ਤੰਗ ਆ ਗਏ ਹੁਣ ਤੁਸੀਂ ਵੀ ਬੜੇ ਪਰੇਸ਼ਾਨ ਆ ਗਏ ਹੁਣ ਤੰਗ ਤੇ ਅਸੀਂ ਵੀ ਬਹੁਤ ਆ ਗਏ ਉੱਥੇ ਬੈਠੇ ਬੈਠੇ ਤੇ ਹੁਣ ਫੈਸਲਾ ਲਿਆ ਹੈ ਤਰੀਕ ਅਜੇ ਤੈ ਨਹੀਂ ਹੋਈ 17 ਤਰੀਕ ਨੂੰ ਕੋਈ ਤਰੀਕ ਤੈ ਕਰਾਂਗੇ ਮਈ ਦੇ ਮੱਧ ਦੇ ਵਿੱਚ ਦੋ ਦਿਨ ਅੱਗੇ ਪਿੱਛੇ ਕੋਈ ਤਰੀਕ ਤਾ ਹੋ ਸਕਦੀ ਹੈ ਤੇ ਅਗਲਾ ਪ੍ਰੋਗਰਾਮ ਹੋਏਗਾ ਸੰਸਦ ਕੂਚ ਦਾ ਠੀਕ ਹੈ ਕਿ ਗਲਤ ਹੈ ਇਹ 70 ਵੀ ਦੇ ਦਿਓ ਤੁਸੀਂ ਜੇ ਤੁਹਾਨੂੰ ਬੁਲਾਈਏ ਆ ਜਾਓਗੇ ਸਾਰੇ ਤੇ ਜੇ ਡੰਡੇ ਡੁੰਡੇ ਖਾਣੇ ਪੈ ਗਏ ਫੇਰ ਮਾਰਨਾ ਨਹੀਂ ਆਪਾਂ ਕਿਸੇ ਨੂੰ ਮਾਰਨਾ ਨਹੀਂ ਐ ਪੰਜਾਬੀ ਤਖੜੇ ਬੜੇ ਹੁੰਦੇ ਨੇ ਮਾਰਨ ਨੂੰ ਆ ਜੀ ਜਿਹੜਾ ਵੀ ਕੱਟਣ ਵਾਸਤੇ ਤਿਆਰ ਹੋਗੇ ਆ ਬਜ਼ੁਰਗ ਹੈ 80 ਸਾਲ ਦਾ ਜਿਹੜਾ ਕਹਿ ਰਿਹਾ ਜਿਹੜਾ ਵੀ ਕਟਾਂਗੇ ਸਾਡੇ ਮੁੰਡੇ ਬੈਠੇ ਹੋਣੇ 25 25 30 ਦੀ ਸਾਲ ਦੇ ਤੁਸੀਂ ਵੀ ਤਿਆਰ ਹੋ ਜਿਹੜਾ ਜਾਣਾ ਪੈ ਗਿਆ ਮੈਂ ਝੂਠ ਨਹੀਂ ਕਹਿ ਰਿਹਾ ਹੋਏਗਾ ਇਹ ਹੋਏਗਾ ਜਾਂ ਡੰਡੇ ਲੱਗਣਗੇ ਆ ਜੇੜ ਦੋ ਦੋ ਚੀਜ਼ਾਂ ਦੀ ਇਕੱਲੇ ਮਿਲ ਨਹੀਂ ਮਿਲਣੀ ਹੈ ਤੁਹਾਨੂੰ ਨਹੀਂ ਅਸੀਂ ਡੰਡਾ ਨਹੀਂ ਮਾਰਾਂਗੇ ਅਸੀਂ ਬੱਟਾ ਵੀ ਨਹੀਂ ਮਾਰਾਂਗੇ ਇਹ ਵਾਅਦਾ ਕਰੋ ਵੀ ਅਸੀਂ ਡੰਡਾ ਨਹੀਂ ਮਾਰਾਂਗੇ ਬੱਟਾ ਨਹੀਂ ਮਾਰਾਂਗੇ ਅਸੀਂ ਕੋਈ ਉਪਦਰਬ ਨਹੀਂ ਕਰਾਂਗੇ ਅਸੀਂ ਫੈਸਲਾ ਵੀ ਤਾਂ ਲਿਆਂਗੇ ਵਾਅਦਾ ਤੁਹਾਡਾ ਦੱਸੋ ਕੋਈ ਡੰਡਾ ਬੱਟਾ ਤਾਂ ਨਹੀਂ ਮਾਰੇਗਾ ਸ਼ਾਂਤੀ ਨਾਲ ਅਸੀਂ ਕੁੱਟਾਂਗੇ ਉਹਨਾਂ ਤੋਂ ਜਿੰਨੇ ਬੈਰੀਅਰ ਅਸੀਂ ਦਿੱਲੀ ਤੋਂ ਲੈ ਕੇ ਅੰਮ੍ਰਿਤਸਰ ਤੋਂ ਲੈ ਕੇ ਦਿੱਲੀ ਤੱਕ ਤੋੜੇ ਨੇ ਅਸੀਂ ਕੋਈ ਹੱਥ ਨਹੀਂ ਚੱਕਿਆ ਅਸੀਂ ਕਹਿੰਦੇ ਤੁਸੀਂ ਮਾਰੋ ਕਿੰਨੇ ਮਾਰ ਦਿਓ ਉਹਨਾਂ ਡੰਡੇ ਵੀ ਮਾਰੇ ਨੇ ਉਹਨਾਂ ਮੁਕਦਮੇ ਵੀ ਬਣਾਏ ਨੇ ਉਹਨਾਂ ਪਾਣੀ ਵੀ ਮਾਰਿਆ ਉਹਨਾਂ ਅਸੂਗੈ ਤੇ ਗੋਲੇ ਵੀ ਛੱਡੇ ਨੇ ਪਰ ਕਾਮਯਾਬੀ ਹੋਏ ਦਿੱਲੀ ਦੀ ਸੀਮਾ ਤੇ ਜਾ ਕੇ ਬਹਿ ਗਏ ਅੱਜ ਤੱਕ ਬੈਠੇ ਆ ਤੇ ਜਿੱਦਨ ਜਿੱਦਨ ਮੂੜ ਬਣ ਗਿਆ ਅਗਲਾ ਬੈਰੀਕੇਡ ਤੋੜ ਕੇ ਜਾਣ ਦਾ ਉਸ ਦਿਨ ਤੋੜ ਅਗਲਾ ਵੀ ਦੇਾਂਗੇ ਅਸੀਂ ਆਪਣੀ ਸ਼ਰਾਫਤ ਦੇ ਵਿੱਚ ਬੈਠੇ ਆ ਸਰਕਾਰ ਸਰਕਾਰ ਦੇ ਰੋਕੇ ਹੋਏ ਕੋਈ ਨਹੀਂ ਰੁਕਦੇ ਹਾਂ ਆਪਣਿਆਂ ਦਾ ਡਰ ਜ਼ਰੂਰ ਹੁੰਦਾ ਹੈ ਆਪਣਿਆਂ ਦਾ ਡਰ ਜ਼ਰੂਰ ਹੁੰਦਾ ਹੈ ਹਰ ਅੰਦੋਲਨ ਦੇ ਵਿੱਚ ਜਿਵੇਂ 26 ਜਨਵਰੀ ਦਾ ਹੋਇਆ ਸਾਨੂੰ ਸਰਕਾਰ ਦਾ ਕੋਈ ਡਰ ਨਹੀਂ ਸਰਕਾਰ ਨਾਲ ਤਾਂ ਅਸੀਂ ਨਿਪਟ ਲਿਆਂਗੇ ਪਰ ਡਰ ਸਾਨੂੰ ਇਹ ਹੁੰਦਾ ਹੈ ਕਿ ਸਾਡੇ ਵਿੱਚੋਂ ਜੇ ਕਿਸੇ ਨੇ ਬੱਟਾ ਮਾਰਤਾ ਸਾਡੇ ਵਿੱਚੋਂ ਜੇ ਕਿਸੇ ਨੇ ਡੰਡਾ ਮਾਰਤਾ ਸਾਡੇ ਵਿੱਚੋਂ ਜੇ ਕਿਸੇ ਨੇ ਇਹੋ ਜੀ ਗਲਤੀ ਕਰਦੀ ਜਦੋਂ 27 ਤਰੀਕ ਨੂੰ ਅਸੀਂ ਉੱਥੇ ਪਹੁੰਚੇ ਇੱਕ ਮੁੰਡਾ ਟਰੈਕਟਰ ਲੈ ਕੇ ਇੱਕ ਸਪਾਹੀ ਦੇ ਉੱਤੇ ਚੜਾਤਾ ਮਾਰਨ ਲੱਗਿਆ ਸੀ ਕੀ ਕਸੂਰ ਉਸ ਕਿਸਦੇ ਬੇਟਾ ਨਹੀਂ ਇਹੋ ਜਿਹੇ ਬੰਦੇ ਸਾਡੇ ਵਿੱਚ ਜਿਹੜੇ ਹੁੰਦੇ ਨੇ ਉਹਨਾਂ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੁੰਦਾ ਤੇ ਉਹਨਾਂ ਨੂੰ ਤੁਸੀਂ ਹਰ ਕਿਸਾ ਸਾਡਾ ਪ੍ਰਧਾਨ ਹੈ ਹਰ ਕਿਸਾਨ ਜ਼ਿੰਮੇਵਾਰ ਹੈ ਜਿਹੜਾ ਵੀ ਗੜਬੜੀ ਕਰਦਾ ਦੇਖਦਾ ਉੱਥੇ ਹੀ ਫੜ ਲੈਣਾ ਜੇ ਕੁੱਟਦੇ ਹੋ ਤਾਂ ਤੁਹਾਡੀ ਸ਼ਾਬਾਸ਼ੀ ਕਿਉਂ ਬੀਜੇਪੀ ਦਾ ਹੋਣਾ ਇਹ ਜਿਹੜੇ ਗੜਬੜ ਕਰਨ ਵਾਲੇ ਹੁੰਦੇ ਨੇ ਨਾ ਇਹ ਰਾਜਨੀਤਿਕ ਸਰਕਾਰ ਸਾਡੇ ਵਿੱਚ ਲਾ ਦਿੰਦੀ ਹੈ ਉਹਨਾਂ ਤੇ ਕੰਟਰੋਲ ਵੀ ਅਸੀਂ ਹੀ ਕਰਨਾ ਹੈ ਤੇ ਸਾਥੀਓ ਅਗਲਾ ਪ੍ਰੋਗਰਾਮ ਜਿਹੜਾ ਹੈ ਉਹ ਮਈ ਦੇ ਵਿੱਚ ਹੋਏਗਾ ਤੇ ਇਹ ਜਿਹੜੀ ਬੇਚੈਨੀ ਸਾਡੇ ਚ ਆ ਰਹੀ ਹੈ ਵੀ ਕਈ ਮਹੀਨੇ ਬੈਠਿਆ ਨੂੰ ਹੋ ਗਏ ਕਿ ਕੁਛ ਕਰਦੇ ਨਹੀਂ ਉਹਨਾਂ ਸਾਰੀ ਗੱਲਾਂ ਤੇ ਵਿਚਾਰ ਚੱਲ ਰਿਹਾ ਜਿਹੜੇ ਤੁਹਾਡੇ ਸਾਰੇ ਆਗੂ ਨੇ ਜਿਹੜੇ ਪੰਜਾਬ ਦੇ ਆਗੂ ਨੇ ਬੜੇ ਸੂਝਵਾਨ ਨੇ ਸਾਰੇ ਬਹੁਤ ਚਿੰਤਨ ਕਰ ਰਹੇ ਨੇ ਸਾਰੇ ਬੜੇ ਸੁਚੱਜੇ ਢੰਗ ਨਾਲ ਚੱਲ ਰਹੇ ਨੇ ਸਾਰੇ ਤੇ ਉਹ ਵੀ ਜਿਹੜਾ ਉਹ ਸੋਚ ਰਹੇ ਨੇ ਤੇ ਅਗਲਾ ਜਿਹੜਾ ਪ੍ਰੋਗਰਾਮ ਹੋਏਗਾ ਕੋਈ ਵਧੀਆ ਪ੍ਰੋਗਰਾਮ ਰੱਖਾਂਗੇ ਤੇ ਉਮੀਦ ਕਰਾਂਗੇ ਤੁਸੀਂ ਸਾਰੇ ਉਸ ਅੰਦੋਲਨ ਦੇ ਵਿੱਚ ਸਹਿਯੋਗ ਕਰੋਗੇ ਤੇ ਦੂਜਾ ਇਲੈਕਸ਼ਨ ਜਿਹੜੇ ਨੇ ਅੱਗੇ ਆਉਣੇ ਨੇ ਪੰਜਾਬ ਵਿੱਚ ਸਾਇਦ ਅਗਲੇ ਸਾਲ ਹੀ ਹੈ ਉਸ ਤੋਂ ਪਹਿਲਾਂ ਕਈ ਸਟੇਟਾਂ ਦੇ ਵਿੱਚ ਨੇ ਅਸੀਂ ਕਹਿ ਰਹੇ ਆ ਭਈ ਇਹ ਧਰਮ ਯੁੱਧ ਹੈ ਇਸ ਧਰਮ ਯੁੱਧ ਦੇ ਵਿੱਚ ਮਨੁੱਖ ਤੁਹਾਨੂੰ ਬਚਾਉਣ ਦਾ ਯੁੱਧ ਹੈ ਇਸ ਧਰਮ ਯੁੱਧ ਦੇ ਵਿੱਚ ਜਿਹੜਾ ਤੁਹਾਡੇ ਨਾਲ ਨਾ ਲੱਗੇ ਭਾਵੇਂ ਕਿਸੇ ਪਾਰਟੀ ਦਾ ਹੋਵੇ ਇਸ ਧਰਮ ਯੁੱਧ ਦੇ ਵਿੱਚ ਜਿਹੜਾ ਤੁਹਾਡਾ ਸਹਿਯੋਗ ਨਾ ਕਰੇ ਕੋਈ ਵੀ ਲਕਸ਼ਣ ਆ ਜੇ ਯਾਦ ਰੱਖਿਆ ਜੇ ਬੀਐਸ ਧਰਮ ਯੁੱਧ ਦੇ ਵਿੱਚ ਇਸ ਬੰਦੇ ਨੇ ਸਾਡਾ ਸਾਡੇ ਨਾਲ ਨਹੀਂ ਸੀ ਲੱਗਿਆ ਉਹਨੂੰ ਵੋਟ ਨਾ ਪਾਏ ਭਾਵੇਂ ਕਿਸੇ ਨੂੰ ਪਾ ਦਿਆ ਜੀ ਭਾਵੇਂ ਪੰਚਾਇਤ ਦਾ ਇਲੈਕਸ਼ਨ ਹੈ ਭਾਵੇਂ ਐਮਐਲਏ ਦਾ ਇਲੈਕਸ਼ਨ ਹੈ ਭਾਵੇਂ ਐਮਪੀ ਦਾ ਇਲੈਕਸ਼ਨ ਹੈ ਜਿਹੜਾ ਤੁਹਾਡਾ ਸਹਿਯੋਗ ਨਹੀਂ ਕਰਦਾ ਜਿਹੜਾ ਇਸ ਧਰਮ ਯੁੱਧ ਦੇ ਵਿੱਚ ਸਹਿਯੋਗ ਨਹੀਂ ਕਰਦਾ ਉਹਨੂੰ ਵੋਟ ਨਹੀਂ ਪਾਣੀ ਭਾਵੇਂ ਕਿਸੇ ਨੂੰ ਪਾ ਦਿਆ ਜੱਗੇ ਵਾਸਤੇ ਸਾਥੀਓ ਗੱਲਾਂ ਤੇ ਹੋਰ ਵੀ ਵੱਡੀਆਂ ਨੇ ਕਰਨ ਵਾਲੀਆਂ ਪਰ ਕਿਉਂਕਿ ਬੋਲਣ ਵਾਲੇ ਵੀ ਬੜੇ ਨੇ ਟਾਈਮ ਵੀ ਕਾਫੀ ਹੋ ਗਿਆ ਤੁਸੀਂ ਬਹੁਤ देर ਤੇ ਬੈਠੇ ਹੋਏ ਹੋ ਤੇ ਅਸੀਂ ਤੁਹਾਡੇ ਤੋਂ ਖਿਮਾ ਚਾਹਾਂਗੇ ਤੇ ਅੱਜ ਦੇ ਆਯੋਜਕਾਂ ਦਾ ਧੰਨਵਾਦ ਕਰਨਾ ਚਾਹਾਂਗੇ ਜਿਨ੍ਹਾਂ ਨੇ ਆਉਣ ਦਾ ਮੌਕਾ ਦਿੱਤਾ ਹੈ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਹੈ ਤੇ ਇਸ ਪਵਿੱਤਰ ਧਰਤੀ ਤੇ ਅੱਜ ਅਸੀਂ ਪਹੁੰਚੇ ਆ ਆਪਣੇ ਆਪ ਨੂੰ ਧੰਨਪਾਤ ਸਮਝਦੇ ਆ ਤੁਸੀਂ ਸਾਰਿਆਂ ਨੇ ਸਾਡੀ ਗੱਲ ਸੁਣੀ ਸਾਰਿਆਂ ਨੇ ਵਾਅਦਾ ਕੀਤਾ ਅੱਗੇ ਵਧ ਚੜ ਕੇ ਅੰਦਰੋਂ ਦੇ ਵਿੱਚ ਹਿੱਸਾ ਲੈਣ ਦਾ ਇੱਕ ਮੈਂ ਤੁਹਾਨੂੰ ਹੋਰ ਛੋਟੀ ਜੀ ਬੇਨਤੀ ਕਰਨੀ ਚਾਹਾਂਗਾ ਕਿ ਅੱਗੇ ਜਿਹੜਾ ਹੜੀ ਦਾ ਟਾਈਮ ਹੈ ਉਸ ਟਾਈਮ ਦੇ ਵਿੱਚ ਤੁਹਾਡੀ ਹਾਜ਼ਰੀ ਉੱਥੇ ਬਹੁਤ ਜ਼ਰੂਰੀ ਹੈ ਜੇ ਖਾਲੀ ਹੋ ਗਿਆ ਥੋੜੇ ਬੰਦੇ ਨੂੰ ਡੰਡੇ ਮਾਰ ਕੇ ਵੀ ਠਾ ਦੇਣਗੇ ਇੱਕ ਤੇ ਇਹ ਹੈ ਧਿਆਨ ਰੱਖਿਆ ਜੇ ਡੰਡਾ ਸਾਡੇ ਦੀ ਕਿੰਦਾਂ ਵੱਜੇ ਪਤਾ ਨਹੀਂ ਰਾਤੋਂ ਰਾਤ ਤੁਸੀਂ ਪਹੁੰਚ ਜਾਣਾ ਤੇ ਦੂਜੀ ਬੇਨਤੀ ਮੈਂ ਇਹ ਕਰਾਂਗਾ ਕਿ ਇੱਕ ਰੋਟੇਸ਼ਨ ਬਣਾਓ ਕਿ ਕੁਝ ਬੰਦੇ ਤੁਹਾਡੇ ਪਿੰਡ ਚੋਂ ਉੱਥੇ ਹਾਜ਼ਰੀ ਰਹੇ ਹਰ ਪਿੰਡ ਚੋਂ ਕੁਝ ਨਾ ਕੁਝ ਹਾਜ਼ਰੀ ਰਹੇ ਭਾਵੇਂ 10 ਬੰਦੇ ਹੀ ਰਹਿਣ ਪਰ ਹਰ ਪਿੰਡ ਚੋਂ ਹਾਜ਼ਰੀ ਰਹੇ ਤੇ ਜਿਹੜਾ ਪਿਛਲਾ ਕਾਰੋਬਾਰ ਹੋ ਬਾਕੀ ਦੇ ਬੰਦੇ ਉਹਨਾਂ ਦਾ ਸੰਭਾਲਣਾ ਕਿਉਂਕਿ ਉੱਥੇ ਦੀ ਹਾਜ਼ਰੀ ਬਹੁਤ ਜ਼ਰੂਰੀ ਹੈ ਤੇ ਤੁਸੀਂ ਸਾਡੀ ਗੱਲ ਸੁਣੀ ਸਾਨੂੰ ਟਾਈਮ ਦੇ ਆ ਤੁਹਾਡੇ ਬਹੁਤ ਬਹੁਤ ਧੰਨਵਾਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ